ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਪੁਲਿਸ ਦੇ ਨਾਲ ਕੱਲ ਦੋ ਸ਼ਾਰਪ ਸ਼ੂਟਰ ਜਗਰੂਪ ਰੂਪਾ ਤੇ ਮੰਨੂ ਪੂਸਾ ਦਾ ਮੁਕਾਬਲਾ ਅੰਮ੍ਰਿਤਸਰ ਦੇ ਪਖਨਾ ਨਜ਼ਦੀਕ ਹੁਸ਼ਿਆਰਪੁਰ ਨਗਰ 'ਚ ਹੋਇਆ ਜੋ ਕਿ ਕਰੀਬ 5.5 ਘੰਟੇ ਚੱਲਿਆ ਜਿਸ ਤੋਂ ਬਾਅਦ ਦੋਨਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਅਤੇ ਬਲੈਕ ਕਮਾਂਡੋ ਦੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੋਵਾਂ ਦੀ ਮ੍ਰਿਤਕ ਦੇਹ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਰੱਖਿਆ ਗਿਆ ਪ੍ਰਸ਼ਾਸਨ ਦੇ ਵੱਲੋਂ ਜਗਰੂਪ ਰੂਪਾ ਦੇ ਰਿਸ਼ਤੇਦਾਰਾਂ ਨੂੰ ਰੂਪਾ ਦੀ ਲਾਸ਼ ਦੀ ਸ਼ਨਾਖਤ ਕਰਨ ਦੇ ਲਈ ਬੁਲਾਇਆ ਗਿਆ इस मौके गलबात करते हुए रूपा के रिश्तेदारा ने कहा कि असी उसकी लाश की शनाखत कर जा रहे हैं जदों पत्रकारों के वलों रिश्तेदारा पूछा गया कि उसका संस्कार रीति रिवाजा के नाल कीता जाएगा या नहीं तो उन्होंने वलों कोई जवाब नहीं दिता गया अपनी कार्रवाई सू कर लैन दो अभी तो छद्या मुलाजमान ने आए हैं ਅਹੀਂ ਭਰਾ ਹੀ ਸਾਡੇ ਭਰਾ ਦਾ ਬੇਟਾ ਹੀ ਆ ਭਾਜੀ ਪਛਾਣ ਕਰ ਲਈ ਤੁਸੀਂ ਉਹਨਾਂ ਦੀ ਪਛਾਣ ਅਜੇ ਸਾਨੂੰ ਆਇਆ ਖੜਿਆ ਹੀ ਨਹੀਂ ਉਹਨਾਂ ਲੱਗੇ ਜਦੋਂ ਜਾਵਾਂਗੇ ਲੱਗੇ ਨਹੀਂ ਖੜਿਆ ਅਜੇ ਨਹੀਂ ਲੱਗੇ ਖੜਿਆ ਕੀ ਕਿਹਾ ਗਿਆ ਪੁਲਿਸ ਵੱਲੋਂ ਪਛਾਣ ਕਰਨ ਵਾਸਤੇ ਲਿਆ ਹਾਂਜੀ ਅੱਛਾ ਪੋਸਟਮਾਰਟਮ ਤੋਂ ਬਾਅਦ ਪ੍ਰਿਤਿਕ ਦੇ ਜਿਹੜੀ ਦੇ ਦਿੱਤੀ ਜੀ ਤੁਹਾਨੂੰ ਦਿੱਤੀ ਲੈ ਕੇ ਜਾਓਗੇ ਨਾਲ ਹੀ ਹੁਣ ਵੇਖੀ ਮੁਲਾਜ਼ਮ ਆਏ ਨਾਲ ਵੇਖੇ ਕੀ ਹੁੰਦਾ ਜੀ ਅਜੇ ਕੁਝ ਨਹੀਂ ਕਹਿ ਸਕਦੇ ਜਿੰਨਾ ਚਿਰ ਸਾਨੂੰ ਇਹ ਦੱਸਦੇ ਨਹੀਂ ਨਾ ਅੱਛਾ ਮਾਤਾ ਪਿਤਾ ਆਏ ਉਹਨਾਂ ਦੇ ਨਾਲ ਨਹੀਂ ਬਾਪ ਆਇਆ ਉਹਨਾਂ ਦੇ ਬਾਪ ਨੇ ਹਾਂਜੀ ਅੱਛਾ ਉਹਨਾਂ ਦੇ ਬਾਪ ਵੀ ਇੱਥੇ ਪਹੁੰਚੇ ਨੇ ਹਾਂਜੀ ਹਾਂ ਤਾਂ ਪੁਲਿਸ ਅਧਿਕਾਰੀ ਇੱਥੇ ਪਹੁੰਚੇ ਨੇ जगरूप के रिश्तेदार हैं मुलाजमान सद्या बाडी लैके जाके संस्कार करेंगे जिस तरह कल सामने आ रहा कि परिवार नहीं लैन इस मामले च वधेरे जानकारी दिंदे हुए पुलिस अधिकारी सुखविंदर सिंह भुल्लर ने कहा है कि मीडिया नूं दो दिनां दे लई उस दे घर तो दूर रखा जाएगा क्योंकि उस दे घर च फोरेंसिक टीम जांच लई पहुंची हुई है उन्होंने कहा कि कल अमृतसर के करिंडे विच पैंदे पिंड हुशियार नगर च हुए गैंगस्टर अते पुलिस विचाले हुए एनकाउंटर दौरान बेशक दो गैंगस्टरां नूं पुलिस दे वल्लों मार मुकाया गया होवे लेकिन पुलिस अजे भी जांच च जुटी हुई है आओ सुनदे हां होर की कहना है पुलिस अधिकारी दा उस तो अलावा जिहड़े जो द्वारा फोरेंसिक टीम ने सर्च की है AK-47 के सानू 31 जिहड़े राउंड मिले रिकवर हुई है ब्रश के उत्ते की हुई सी उस तो अलावा एक सानू टैरस का USA मेड पिस्टल 45 बोर रिकवर होया और दो मैगजीन जिहड़े एक्सट्रा रिकवर होए जो ADGP साहब ने दस्सिया सीगा बाकी साडे जिहड़े फोरेंसिक टीम राती नेरा होण करके साडे तो पूरी इहदी जिहड़ी जानकारी हासिल नहीं हो सकी हुण साडी फोरेंसिक टीम इत्थे आई है और सानू इत्थे तकरीबन सारी डिटेल लैण दे विच घट्टो घट्ट मैं मीडिया नूं रिक्वेस्ट करूंगा एक तो दो दिन लगने ने असीं एरिया सील रखांगे और इस तो अलावा कोई ਤੁਹਾਡਾ ਕੁਐਸਚਨ ਹੈਗਾ ਤਾਂ ਮੈਂ ਦੱਸ ਸਕਦਾ ਉੱਥੇ ਮੇਰੀ ਬੇਨਤੀ ਹੈ ਅਸੀਂ ਤੁਹਾਨੂੰ ਹਜੇ ਨਹੀਂ ਜਾਣਦੇ ਸਰ ਪੂਰੀ ਰਿਕਵਰੀ ਕੀ ਐਸਾ ਦੋ ਪਿਸਟਲ ਰਿਕਵਰ ਹੋਏ ਨੇ ਉੱਥੇ ਦੋ ਪਿਸਟਲ ਇੱਕ 45 ਬੋਰ ਦਾ ਇੱਕ 91 ਦਾ ਪਿਸਟਲ ਰਿਕਵਰ ਹੋਇਆ ਇੱਕ AK-47 ਰਿਕਵਰ ਹੋਈ ਹੈ ਸਰ ਪਤਾ ਲੱਗ ਪਾਇਆ ਕਿ ਇਹਨਾਂ ਦੇ ਨਾਲ ਕੌਣ ਸੀਗਾ ਜਿਹੜੀ AK-47 ਜਿਹੜੀ ਆ ਉਹ ਅਜੇ ਅਸੀਂ ਸਾਰਾ ਚੈੱਕ ਕਰ ਰਹੇ ਆ ਅੱਜ ਸਾਨੂੰ ਸਾਰੀ ਡਿਟੇਲ ਇਹਦੀ ਮਿਲ ਜੇਗੀ ਤੁਹਾਨੂੰ ਅਸੀਂ ਕਨਵੇ ਕਰਾਂਗੇ ਸਰ ਇਹ ਪਤਾ ਲੱਗ ਪਾਇਆ ਕਿ ਇਹਨਾਂ ਨੂੰ ਕੌਣ ਇਸ ਜਗ੍ਹਾ ਦੀ ਜਾਣਕਾਰੀ ਦੇ ਰਿਹਾ ਸੀ ਇਸ ਜਗ੍ਹਾ ਦਾ ਪਤਾ ਕਿਦਾਂ ਲੱਗਦਾ ਸਾਨੂੰ ਐਕਚੁਅਲੀ ਪਤਾ ਲੱਗਿਆ ਕਿ ਗੱਡੀ ਇਹਨਾਂ ਨੂੰ ਇੱਥੇ ਛੱਡ ਕੇ ਗਈ ਸੀਗੀ ਜਿਹਦੀ ਅਸੀਂ ਕੋਸ਼ਿਸ਼ ਕਰ ਰਹੇ ਆ ਜਿਹੜੀ ਸਾਡੀ ਫੋਲੋ ਅਪ ਟੀਮ ਸੀਗੀ ਉਹ ਕੋਸ਼ਿਸ਼ ਕਰ ਰਹੇ ਹਾਂ ਛੇਤੀ ਟਰੇਸ ਕਰਨ ਦੀ ਬੈਗ ਦੇ ਵਿੱਚੋਂ ਕੀ ਮਿਲਿਆ ਜਿਹੜਾ ਬੈਗ ਕਿਹਾ ਸੀ ਬੈਗ ਦੇ ਵਿੱਚ ਇਹਨਾਂ ਦਾ ਐਮੂਨੇਸ਼ਨ ਕਾਫੀ ਸੀਗਾ ਜੋ ਇਹਨਾਂ ਨੇ ਚਲਾਇਆ ਵੀ ਹੈ ਔਰ ਕੁਝ ਤੋਂ ਸਾਨੂੰ ਜਿੰਦਾ ਕਾਰਤੂਸ ਮਿਲੇ ਕੁਝ ਇਹਨਾਂ ਦੇ ਕੱਪੜੇ ਸੀਗੇ ਔਰ ਕੁਝ ਚ ਸੀਗੇ ਔਰ ਕੁਝ ਚ ਇਹੋ ਜਿਹੀਆਂ ਸਾਨੂੰ ਚੀਜ਼ਾਂ ਮਿਲੀਆਂ ਜੋ ਪਾਰਟ ਆਫ ਇਨਵੈਸਟੀਗੇਸ਼ਨ ਆ ਜੋ ਅਸੀਂ ਜੀ ਵੈਰੀਫਾਈ ਕਰ ਰਹੇ ਹਾਂ ਸਾਡੇ ਨਾਲ ਸਰ ਮੇਨ ਮੁੱਦਾ ਹੈਗਾ ਇਹਨਾਂ ਦਾ ਮੋਬਾਈਲ ਬਰਾਮਦ ਹੋਇਆ ਸਾਹਮਣੇ ਦੇਖ ਕੇ ਕੋਈ ਮੋਬਾਈਲ ਬਰਾਮਦ ਹੋਇਆ ਮੋਬਾਈਲ ਸਰ ਇਹਦੇ ਵਿੱਚ ਸਾਨੂੰ ਹਜੇ ਤੱਕ ਜਿਹੜਾ ਇੱਕ ਮੋਬਾਈਲ ਟੁੱਟਿਆ ਹੋਇਆ ਮੋਬਾਈਲ ਮਿਲਿਆ ਆ ਜਿਸ ਨੂੰ ਅਸੀਂ ਫੋਰੈਂਸਿਕ ਟੀਮ ਸਾਡੀ ਕਬਜ਼ੇ 'ਚ ਲੈ ਰਹੀ ਹੈ ਔਰ ਉਹਨੂੰ ਅੱਗੇ ਵੈਰੀਫਾਈ ਕਰ ਰਹੀ ਹੈ ਕਿੰਨੀਆਂ ਬੁਲੇਟਸ ਟੋਟਲ ਚੱਲੀਆਂ ਸਰ ਇਹ ਸਾਰਾ ਹਜੇ ਫੋਰੈਂਸਿਕ ਟੀਮ ਦੇਖ ਰਹੀ ਹੈ ਰਾਤੀ ਅਸੀਂ ਨੇਰਾ ਹੋਣ ਕਰਕੇ ਦੇਖਿਆ ਨਹੀਂ ਸੀ ਏਰੀਆ ਸੀਲ ਕਰਤਾ ਸੀਗਾ ਹੁਣ ਸਾਡੀ ਫੋਰੈਂਸਿਕ ਟੀਮ ਬੋਲੋ ਸਰ ਪਹਿਲਾਂ ਬਹੁਤ ਜਾਣਕਾਰੀ ਆਈ ਸੀ ਕਿ 4 ਬੰਦੇ ਇਸ ਘਰ ਦੇ ਵਿੱਚ ਮੌਜੂਦ ਨੇ 4.5 ਘੰਟੇ ਜਿਹੜੀ ਆਪਸੀ ਆਮਨੇ ਸਾਹਮਣੇ ਫਾਇਰਿੰਗ ਹੋਈ ਹੈ ਕਾਫੀ ਸਮਾਂ ਲੱਗ ਗਿਆ ਦੋ ਗੈਂਗਸਟਰ ਨੂੰ ਕਾਬੂ ਕਰਨ ਦੇ ਵਿੱਚ ਐਕਚੁਅਲੀ ਜੋ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਇਹਨਾਂ ਕੋਲ ਗ੍ਰੇਨੇਡ ਵਗੈਰਾ ਹੋਣ ਕਰਕੇ ਔਰ ਅਸੀਂ ਕਾਫੀ ਕੋਸ਼ਿਸ਼ ਕੀਤੀ ਇਹਨਾਂ ਨੂੰ ਸਰੈਂਡਰ ਕਰਾਉਣ ਦੀ ਜਿਹਦੇ ਵਿੱਚ ਸਾਡਾ ਕਾਫੀ ਟਾਈਮ ਲੱਗਿਆ ਅਸੀਂ ਚਾਹੁੰਦੇ ਸੀਗੇ ਵੀ ਇਹਨਾਂ ਨੂੰ ਸਾਡੇ ਕੋਲ ਜਿੰਦਾ ਫੜੇ ਜਾਂਦੇ ਇਸ ਕਰਕੇ ਸਾਡੀ ਟੀਮਾਂ ਦਾ ਪਹਿਲਾਂ ਜ਼ੋਰ ਇਹ ਹੁੰਦਾ ਵੀ ਜਿੰਦਾ ਫੜੇ ਜਾਣ ਪਰ ਜਦੋਂ ਉਹਨਾਂ ਨੇ ਫਾਇਰਿੰਗ ਰੋਕੀ ਨਹੀਂ ਤੇ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜੇ ਉਹ ਦੋਨੋਂ ਮਾਰੇ ਗਏ ਔਰ ਜਿਹੜੇ ਬੰਦੇ ਜਿਹੜੇ ਫਰੋਮ ਵੈਰੀ ਫਸਟ ਟਾਈਮ ਜਦੋਂ ਅਸੀਂ ਘੇਰਾ ਪਾਇਆ ਸੀ ਉਸ ਤੋਂ ਬਾਅਦ ਦੋ ਹੀ ਸੀਗੇ
ਕੋਈ ਬੰਦਾ ਉਥੋਂ ਭੱਜਿਆ ਨੀ ਗਾ ਬਾਅਦ ਦੇ ਵਿਚ ਦੋਨੋ ਸੀ ਦੋਨੋ ਦੇ ਦੋਨੋ ਸਾਹਿਬ ਕੋਈ ਨਸ਼ਾ ਬਰਾਮਦ ਹੋਇਆ ਕੋਈ ਨਸ਼ਾ ਕਰਦੇ ਸੀਗੇ ਇਹ ਸਾਹਮਣੇ ਆਇਆ ਸੀਗਾ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਉਦੋਂ ਸਾਹਮਣੇ ਵਿਚ ਸੀਗੇ ਸਾਹਿਬ ਐਕਚੁਅਲੀ ਸਾਨੂੰ ਉਥੋਂ ਕੁਝ ਗੋਲੀਆਂ ਮਿਲੀਆਂ ਜਿਹੜੀ ਫੋਰੈਂਸਿਕ ਟੀਮ ਸਾਡੀ ਕਰ ਰਹੀ ਹੈ ਉਹ ਦੇਖਾਂਗੇ ਅਸੀਂ ਕਾਹਦੀਆਂ ਨੇ ਪੋਸਟਮਾਰਟਮ ਬਾਅਦ ਕੀਤਾ ਜਾਏਗਾ ਪੋਸਟਮਾਰਟਮ ਲਈ ਬੋਡੀਆਂ ਉੱਥੇ ਭੇਜ ਦੀਆਂ ਸੀਗੀਆਂ ਰਾਤ ਨੂੰ ਅਸੀਂ ਅੱਜ ਹੋਏਗਾ ਨਹੀਂ ਅਭੀ ਇਸ ਬਾਰੇ ਮੈਂ ਕੁਛ ਨਹੀਂ ਕਰ ਪਾਕਿਸਤਾਨ ਹਜੇ ਸਾਡੇ ਕੋਈ ਇਨਫੋਰਮੇਸ਼ਨ ਨਹੀਂ ਕੱਲ ਦਾ ਹੀ ਸਾਨੂੰ ਪਤਾ ਲੱਗਾ ਕੱਲ ਹੀ ਇੱਥੇ ਆਏ ਸੀ ਉਹ ਅਸੀਂ ਵੈਰੀਫਾਈ ਉਹ ਫੋਰੈਂਸਿਕ ਟੀਮ ਸਾਨੂੰ ਰਿਪੋਰਟ ਦੇਗੀ ਉਸ ਤੋਂ ਬਾਅਦ ਪਤਾ ਲੱਗੇਗਾ 31 ਜਿੰਦਾ ਰਾਊਂਡ ਸਾਨੂੰ ਮੈਗਜ਼ੀਨ ਦੇ ਵਿੱਚ ਲੋਡ ਮਿਲੇ ਨੇ ਔਰ ਉਹਨੇ ਬਰਸਟ ਦੇ ਉੱਤੇ ਕੀਤੀ ਹੋਈ ਸੀ ਕਿਉਂਕਿ ਉਹਨੂੰ ਪਤਾ ਸੀਗਾ ਸੋ ਚਾਹੁੰਦਾ ਸੀਗਾ ਪੁਲਿਸ ਪਾਰਟੀ ਦਾ ਜ਼ਿਆਦਾ ਤੋਂ ਜ਼ਿਆਦਾ ਸਰ AK-47 ਜਿਹੜੀ ਪਬਲਿਕ ਦਾ ਜ਼ਿਆਦਾ ਤੋਂ ਜ਼ਿਆਦਾ AK-47 ਜਿਹੜੀ ਹੈਗੀ ਅਸੀਂ ਮੰਨ ਕੇ ਚੱਲੀਏ ਕਿ ਉਹੀ AK-47 ਹੈ ਜਿਹਦੇ ਨਾਲ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਐਕਚੁਅਲੀ ਜਿਹੜੀ ਫੋਰੈਂਸਿਕ ਟੀਮ ਹੈ ਉਹ ਸਾਨੂੰ ਸਾਰੀ ਡਿਟੇਲ ਰਿਪੋਰਟ ਦਊਗੀ ਉਹ ਪੁਰਾਣੇ ਉੱਥੋਂ ਦੇ ਵੀ ਇਹੋ ਫੋਰੈਂਸਿਕ ਟੀਮ ਗਈ ਸੀ ਇਸੇ ਕਰਕੇ ਅਸੀਂ ਫੋਰੈਂਸਿਕ ਟੀਮ ਉੱਥੇ ਬੁਲਾਈ ਸੋ ਥੈਂਕ ਯੂ ਵੈਰੀ ਮਚ ਸੋ ਮੈਂ ਰਿਕੁਐਸਟ ਕਰੂੰਗਾ ਵੀ ਤੁਸੀਂ ਹੁਣ ਪਲੀਜ਼ ਮਤਲਬ ਕਿ ਅਸੀਂ ਤੁਹਾਨੂੰ 2 ਦਿਨ ਲਈ ਉੱਥੇ ਨਹੀਂ ਜਾਣ ਦੇ ਸਕਦੇ ਬਾਕੀ ਮੈਂ ਆਫੀਸਰ ਲਿਵਿੰਗ ਇੰਡੀਆ ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਮਨਜਿੰਦਰ ਸਿੰਘ ਦੀ ਰਿਪੋਰਟ।